बिस्मिल्लाह रहमान रहीम, अस्सलाम वालेकुम मेरे भैन भराओ ते मेरे बच्चे। मैं ना आज मिल्की ड्रीम केक बना रही हाँ, कैलमट केक, मिल्की केक। मैं पहले आ हूँ मैं यदा तैयार कर लिया वा, ये मैं ला के ना आयल तो ये मैं तैयार करके रख लिया। बीट कर लव डेढ़ कप ना मैदे का पा देवगी जी। मैं वेट कर लूँ, सब मिक्स कर लाँगी इस तरह। मैं बेकिंग पाउडर का डेढ़ चम्मच बेचना दोबारा तो फिर कर लवानी। असी ना हूँ ढाई कप लै लिया दुध है, अद्धा कप लै लिया ट्रा क्रीम का, कोई भी क्रीम हो लै लो ना। तीन चम्मच मैं चीनी दे पा देवगी, अगर ग्रैंड की हो चार पाओ। हूँ ना मैं सारा मिक्स करके इन फ्रिज च रख दूंगी। ढाई कप दुध, अद्धा कप असी एक क्रीम ले जाए। हम अच्छी तरह से चीनी मिक्स करके इन असी भी फ्रिज रख दें। यह देखो साडा केक ना माशाल्लाह तैयार हो गया, देखो साफ बाहर निकल गया इस तरह। इनू हूँ असी कढ लाँ, असी कट के ना 15 मिनट वास्ते रख देंगे ठंडा होने वास्ते ना। कि केक असी थोड़ी देर वास्ते उदे विच ही रहन दिता, फिर ठंडा होया तो कढ लिया। ये हूँ असी 15 मिनट वास्ते ना इन छड़ देंगे ठंडा होने वास्ते। ਇਹਦੀ ਟੋਪ 'ਤੇ ਪਾਉਣ ਵਾਸਤੇ ਸੌਸ ਤਿਆਰ ਕਰਾਂਗੀ ਘਰ 'ਚ, ਚਾਹੋ ਤਾਂ ਬਾਜ਼ਾਰੋਂ ਵੀ ਲੈ ਸਕਦੇ ਹੋ। ਔਰ ਹੁਣ ਇਹਦੇ ਕੋਲ ਖੜ੍ਹੇ ਰਹਿਣਾ ਜਦੋਂ ਤੱਕ ਇਹ ਕੋਈ ਜਲ ਨਾ ਜਾਏ ਨਾ। ਇਹ ਕਿ ਇਹਦੇ ਕੋਲ ਖੜ੍ਹੇ ਰਹਿਣਾ ਵਾ, ਇਹ ਜਲ ਨਾ ਜਾਏ। ਹੁਣ ਨਾ ਸਾਡੇ ਬਬਲ ਬਣ ਗਏ ਆ, ਮੈਂ ਇਹਨੂੰ ਹੁਣ ਬੰਦ ਕਰ ਦਾਂਗੀ।
ਮੱਖਣ ਦਾ ਇੱਕ ਚਮਚ ਪਾ ਦਿੱਤਾ, ਹੁਣ ਅੱਧਾ ਕੱਪ ਨਾ ਕਰੀਮ ਦਾ ਮੈਂ ਪਾ ਦਿੱਤਾ। ਮੈਂ ਕੈਸਾ ਕਰੀਮ ਹੀ ਪਾ ਰਹੀ ਜਿਹੜੀ ਕਰੀਮ ਤੁਸੀਂ ਮੱਖੀ ਦਾ। ਚੁੱਲ੍ਹਾ ਮੈਂ ਬੰਦ ਕਰ ਦਿੱਤਾ। ਹੁਣ ਚੁੱਲ੍ਹੇ ਨੂੰ ਜ਼ਰਾ ਕੌਮ ਕਰ ਦਾਂਗੇ। ਤੁਸੀਂ ਚਾਹੇ ਚਾਹੇ ਬਾਜ਼ਾਰੋਂ ਲੈ ਲਓ, ਇਹ ਕਿ ਇਹਦੇ ਕੋਲ ਖੜ੍ਹੇ ਰਹੋ, ਅਗਰ ਇਹ ਜ਼ਿਆਦਾ ਹੋ ਜਾਵੇ ਤਾਂ ਫਿਰ ਕੜਵੀ ਹੋ ਜਾਂਦੀ ਨਾ, ਕੜਵੀ ਤਾਂ ਨਹੀਂ ਨਾ ਹੋਣ ਦੇਣੀ। ਜਿਹੜੀ ਕਰੀਮ ਅਸੀਂ ਕੱਪ ਨਾਲ ਲਾ ਕੇ ਵਿੱਚ ਪਾ ਦਿੱਤੀ, ਸਰਾ ਚੁੱਲ੍ਹੇ ਨੂੰ ਔਨ ਕਰ ਦਾਂਗੇ। ਅਸੀਂ ਕੇਕ ਹੀ ਨਾ ਇਸ ਤਰ੍ਹਾਂ ਹੋਲਡ ਕਰ ਲਾਂਗੇ। ਇਹਦੀ ਅਸੀਂ ਸਾਈਡ ਉਲਟਾ ਕੇ ਦੂਸਰੀ ਸਾਈਡ 'ਤੇ ਵੀ ਇਸ ਤਰ੍ਹਾਂ ਹੀ ਹੋਲਡ ਕਰ ਲਾਂ। ਮਾਸ਼ਾਅੱਲਾ ਸਾਡਾ ਕੇਕ ਦੇਖੋ ਕਿੰਨਾ ਅੱਛਾ ਤਿਆਰ ਹੋ। ਇਹ ਜਿਹੜਾ ਅਸੀਂ ਕਰੀਮ ਔਰ ਦੁੱਧ ਬਣਾਇਆ ਸੀ ਉਹ ਸਾਰਾ ਇਹਦੇ ਉੱਤੇ ਪਾ ਦਵਾਂ। ਇਹਦੇ ਉੱਤੇ ਅਸੀਂ ਸਾਰਾ ਦੁੱਧ ਔਰ ਕਰੀਮ ਪਾ ਦੇਵਾਂਗੇ। ਦੇਖੋ ਕਿਸ ਤਰ੍ਹਾਂ ਇਹ ਸਾਰਾ ਕਰ ਰਿਹਾ ਆਪਣੇ ਆਪ ਵਿੱਚ। ਚਸਾ ਇਹ ਜਿਹੜੀ ਅਸੀਂ ਬਣਾਈ ਸੀ ਟੋਪ ਵਾਸਤੇ, ਇਹਨੂੰ ਹੁਣ ਅਸੀਂ ਉੱਤੇ ਨਾ ਪਤਲੀ ਜਿਹੀ ਲੇਅਰ ਉੱਤੇ ਕਰ ਦਾਂਗੇ। ਚਮਚੇ ਤੁਸੀਂ ਚੌਰਸ ਕੇਕ ਬਣਾਓ, ਗੋਲ ਬਣਾਓ। ਇਹਦੇ ਉੱਤੇ ਅਸੀਂ ਜ਼ਰਾ ਡਿਜ਼ਾਇਨਿੰਗ ਕਰ ਦਿੰਦੇ ਹਾਂ ਥੋੜ੍ਹੀ ਜਿਹੀ, ਕਿਸੇ ਵੀ ਤਰ੍ਹਾਂ ਦੀ ਤੁਸੀਂ ਡਿਜ਼ਾਇਨਿੰਗ ਇਹਦੇ 'ਤੇ ਕਰ ਸਕਦੇ ਹੋ। ਇਸ ਤਰ੍ਹਾਂ ਕਰ ਦਾਂ ਡਿਜ਼ਾਇਨਿੰਗ ਇਹਦੀ ਇਸ ਤਰ੍ਹਾਂ ਡਿਜ਼ਾਇਨਿੰਗ ਕਰਕੇ। ਡਿਜ਼ਾਇਨ ਜਿਸ ਤਰ੍ਹਾਂ ਦਾ ਮਰਜ਼ੀ ਤੁਸੀਂ ਚਾਹੋ ਬਣਾ ਸਕਦੇ ਹੋ।
ਉਹਨੂੰ ਅਸੀਂ ਨਾ ਫਰਿੱਜ 'ਚ ਰੱਖ ਦੇਵਾਂਗੇ, ਇੱਕ ਪੂਰੀ ਰਾਤ ਵਾਸਤੇ ਰੱਖ ਦਿਓ ਜਾਂ 5-6 ਘੰਟੇ ਵਾਸਤੇ, ਫਿਰ ਇਹ ਕੇਕ ਸਹੀ ਬਣ। ਕੇਕ ਹੁਣ ਅਸੀਂ ਫਰਿੱਜ 'ਚ ਰੱਖ ਦਾਂਗੇ ਅਤੇ ਦੇਖੋ ਡਿਜ਼ਾਇਨਿੰਗ ਇਹਦੀ ਮੈਂ ਕਿੰਨੀ ਅੱਛੀ ਕਰ ਲਈ, ਤੁਸੀਂ ਜਿਹੜੀ ਮਰਜ਼ੀ ਡਿਜ਼ਾਇਨਿੰਗ ਕਰੋ। ਅਤੇ ਨਰੀਨ ਭੈਣ ਦਾ ਬਹੁਤ ਸ਼ੁਕਰੀਆ ਕਿ ਉਹਨੇ ਅੰਡੇ ਮੈਨੂੰ ਦਿੱਤੇ, ਦੇਸੀ ਅੰਡੇ ਮੈਨੂੰ ਬਹੁਤ ਪਸੰਦ ਆ, ਦੇਸੀ ਅੰਡੇ ਵੀ ਦੇਸੀ ਮੁਰਗੀ ਦਾ ਗੋਸ਼ਤ ਵੀ, ਉਹਨੇ ਮੇਰੇ ਮਾਂ ਬਾਪ ਦੀ ਯਾਦ ਮੈਨੂੰ ਤਾਜ਼ਾ ਕਰਾ ਦਿੱਤੀ। ਉਹ ਅੱਲਾਹ ਤਾਲਾ ਜ਼ਿੰਦਗੀ ਤੰਦਰੁਸਤੀ ਦੇਵੇ। ਮੇਰੀ ਅੰਮੀ ਮੇਰੇ ਵਾਸਤੇ ਬਹੁਤ, ਮੇਰੇ ਅੱਬਾ ਜੀ ਨੇ ਮੁਰਗੇ ਸਿਬਾ ਕਰਕੇ ਲਿਆਉਣੇ ਅਤੇ ਅੰਮੀ ਮੇਰੀ ਨੇ ਕਹਿਣਾ ਕਿੰਨੀ ਖੁਸ਼ ਆ, ਹੁਣ ਪੁਲਾਵ ਵੀ ਬਣਾਏਗੀ, ਸਾਲਣ ਵੀ ਬਣਾਏਗੀ। ਫਿਰ ਮੇਰੀ ਸ਼ਾਦੀ ਹੋ ਗਈ ਅਤੇ ਬਾਅਦ ਵਿੱਚ ਵੀ ਮੇਰੀ ਅੰਮੀ ਨਾ ਮੇਰੇ ਵਾਸਤੇ ਦੇਸੀ ਅੰਡੇ ਉਹ ਦੇਸੀ ਮੁਰਗੀਆਂ ਦਾ ਗੋਸ਼ਤ ਨਾ ਕਰਵਾ ਕੇ ਲਿਆਉਂਦੇ ਸੀ। ਅਤੇ ਬਹੁਤ ਸ਼ੁਕਰੀਆ ਨਰੀਨ ਦਾ। ਮਾਸ਼ਾਅੱਲਾ ਸਾਡਾ ਮਿਲਕੀ ਕੇਕ ਕਿੰਨਾ ਅੱਛਾ ਤਿਆਰ ਹੋ ਗਿਆ ਵਾ, ਅਤੇ ਇਹ ਹੁਣ ਮੈਂ ਕੱਟ ਕੇ ਦਿਖਾਉਂਦੀ ਤੁਹਾਨੂੰ, ਇਹ ਦੇਖੋ। ਇਹ ਦੇਖੋ ਕਿੰਨਾ ਅੱਛਾ ਸਾਡਾ ਇਹ ਤਿਆਰ ਹੋਇਆ ਮਿਲਕੀ ਸਪੰਜ ਕੇਕ। ਇਹ ਦੇਖੋ ਕਿੰਨਾ ਅੱਛਾ ਇਹ ਮਿਲਕੀ ਕੇਕ ਤਿਆਰ ਹੋਇਆ। ਇਸੇ ਤਰ੍ਹਾਂ ਕੇਕ ਬਣਾਓ ਔਰ ਸਾਡੇ ਚੈਨਲ ਨੂੰ ਜੁਆਇਨ ਕਰੋ, ਓਕੇ ਕਰੋ ਔਰ ਵੀਡੀਓ ਪੂਰੀ ਦੇਖੋ। ਅੱਛਾ ਫਿਰ ਅੱਲਾ ਹਾਫਜ਼, ਔਰ ਬੈਲ ਦੇ ਦਿਆ ਕਰੋ ਕਿ ਸਾਡੀ ਅਗਲੀ ਵੀਡੀਓ ਆ ਜਾਵੇ, ਔਰ ਇਸੇ ਤਰ੍ਹਾਂ ਕੇਕ ਬਣਾਓ। ਅੱਛਾ ਫਿਰ ਅੱਲਾ ਹਾਫਜ਼। ਇਹ ਹੁਣ ਦੇਖੋ ਨਾ ਕਿੰਨਾ ਅੱਛਾ ਸਾਡਾ ਇਹ ਕੇਕ ਬਣਿਆ ਵਾ। ਇਹ ਹੁਣ ਸਾਰਾ ਕੱਟ ਲੈਂਦੀ ਹਾਂ, ਇਹਦਾ ਪੀਸ ਕਰ ਲੈਂਦੀ ਕੱਟ। ਜਿੰਨਾ ਰੱਖੋ ਉਨਾ ਹੀ ਅੱਛਾ ਵਾ, ਅਸੀਂ ਸਿਰਫ ਰੱਖਿਆ ਵਾ 6 ਘੰਟੇ, ਇਹ ਕੇ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਰੱਖੋ ਨਾ ਕੇਕ, ਇਹ ਸੁਬਹਾ ਤੱਕ ਪਿਆ ਰਹਿੰਦਾ ਫਿਰ ਜ਼ਿਆਦਾ ਇਹਨੇ ਹੋ ਜਾਣਾ ਸੀ। ਔਰ ਇਸ ਤਰ੍ਹਾਂ ਹੀ ਬਣਾਓ ਕੇਕ, ਬਹੁਤ ਅੱਛਾ।